ਜਿੱਥੇ ਵੀ ਜਾਂਦਾ ਵਾ ਕਿ ਲੋਕਾਂ ਨੇ ਅੱਜ ਪਹਿਲੀ ਤਰੀਕ ਨੂੰ ਉਡੀਕ ਰਹੇ ਆ। ਲੈ ਕੇ ਆਇਆ ਉਹ ਸਿੱਧੂ ਵਾਲਾ ਜਿਹੜਾ ਬਿਸਤਰਾ ਪਿਆ ਸੀ ਨਾ ਪੰਜਾਬ ਪ੍ਰਦੇਸ਼ ਕਾਂਗਰਸ ਚ, ਉਹ ਬੀਜੇਪੀ ਦੇ ਦਫ਼ਤਰ ਚ ਲੈ ਆਇਆ, ਉਹਦੇ ਬਾਰੇ ਕੀ ਕਹਿਣਾ ਵਾ। ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪਿਛਲੇ 2 ਸਾਲਾਂ ਚ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਵਾਅਦਾ ਕੀਤਾ ਸੀਗਾ, ਉਹ ਕੰਮਾਂ ਨੂੰ ਪੂਰਾ ਹੁੰਦੇ ਦੇਖ ਲੋਕਾਂ ਦੇ ਵਿੱਚ ਉਤਸ਼ਾਹ ਵਾ। ਅੱਜ ਭੋਲਾ ਜੀ ਦੀ ਕੌਂਸੀਚੁਐਂਸੀ ਚ ਆਇਆ, ਆ ਮੈਂ ਹੁਣ ਉੱਥੋਂ ਜਗਰਾਉਂ ਤੋਂ ਆ ਰਿਹਾ, ਉੱਥੇ ਵੀ ਬਹੁਤ ਪਿਆਰ ਦੇ ਰਹੇ ਆ ਲੋਕ, ਜਿੱਥੇ ਵੀ ਜਾਂਦਾ ਵਾਂ ਇਹ ਲੋਕਾਂ ਨੇ ਅੱਜ ਪਹਿਲੀ ਤਰੀਕ ਨੂੰ ਉਡੀਕ ਰਹੇ ਆ। ਜਦੋਂ ਪਹਿਲੀ ਤਰੀਕ ਆਊਗੀ ਇਹ ਲੋਕਾਂ ਨੇ ਜਿਵੇਂ 92 ਦਾ ਪਹਿਲਾ ਇਤਿਹਾਸ ਰਚਿਆ, ਇੱਦਾਂ 13-0 ਕਰਨ ਜਾ ਰਹੇ ਆ ਪੰਜਾਬ ਦੇ ਲੋਕ। ਬਿੱਟੂ ਜੀ ਬਾਰੇ ਕੀ ਕਹਿਣਾ, ਉਹ ਤਾਂ ਲੈ ਕੇ ਆਇਆ ਉਹ ਸਿੱਧੂ ਵਾਲਾ ਜਿਹੜਾ ਬਿਸਤਰਾ ਪਿਆ ਸੀ ਨਾ ਪੰਜਾਬ ਪ੍ਰਦੇਸ਼ ਕਾਂਗਰਸ ਚ, ਉਹ ਬੀਜੇਪੀ ਦੇ ਦਫ਼ਤਰ ਚ ਲੈ ਆਇਆ, ਉਹਦੇ ਬਾਰੇ ਕੀ ਕਹਿਣਾ ਵਾ। ਸਰ ਜਿੱਦਾਂ ਕਿ ਤੁਸੀਂ ਚੋਣ ਲੜ ਰਹੇ ਹੋ, ਜਿਹੜੀ ਸਭ ਤੋਂ ਵੱਡੀ ਸਪੋਰਟ ਤੁਹਾਡੇ ਸੱਜੀ ਖੱਬੀ ਬਾਹਾਂ ਬੈਠੀਆਂ ਨੇ, ਦਿਨ ਰਾਤ ਮਿਹਨਤ ਕਰ ਰਹੀਆਂ, ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਧੰਨ ਰੱਖਣਾ ਚਾਹੋਗੇ? ਦੇਖੋ ਧੰਨਵਾਦ ਜੀ, ਇਹਨਾਂ ਦੇ ਤਾਂ ਪਹਿਲਾਂ 92 ਚੁਣੇ ਹੋਏ ਆ, ਇਹਨਾਂ ਨੇ ਹੁਣ 13 ਚੁਣਨੇ ਆ। ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਇਹ ਰੀੜ ਦੀ ਹੱਡੀ ਆ, ਵਲੰਟੀਅਰ ਤੋਂ ਬਿਨਾਂ ਕਾਂਗਰਸ ਦਾ ਖਤਮ ਹੋਣ ਦਾ ਕਾਰਨ ਕੀ ਆ? ਉਹਨਾਂ ਦਾ ਵਰਕਰ ਖਤਮ ਹੋ ਗਿਆ, ਪਾਰਟੀ ਖਤਮ ਹੋ ਗਈ। ਜਿਹੜੀ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਨਹੀਂ ਹੁੰਦੀ, ਵਰਕਰ ਨੂੰ ਅੱਗੇ ਮਾਨ ਸਨਮਾਨ ਨਹੀਂ ਹੁੰਦਾ, ਉਹ ਪਾਰਟੀਆਂ ਖਤਮ ਹੋ ਜਾਂਦੀਆਂ ਨੇ। ਇਸ ਕਰਕੇ ਰੀੜ ਦੀ ਹੱਡੀ ਆ ਜਿਹੜਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ, ਇਹ ਦਿਨ ਰਾਤ ਇੱਕ ਕਰ ਰਹੇ ਆ। ਅਸੀਂ ਇਕੱਲੇ ਕੀ ਕਰ ਸਕਦੇ ਹਾਂ? ਇਹਨਾਂ ਦੇ ਸਿਰ ਤੇ ਅਸੀਂ ਤੁਰੇ ਫਿਰਦੇ ਹਾਂ, ਔਰ ਜਦੋਂ ਸਾਨੂੰ ਇਹਨਾਂ ਨੇ ਮਾਨ ਸਨਮਾਨ ਦਵਾ ਦੇਣਾ, ਸਾਡਾ ਵੀ ਫਰਜ਼ ਬਣਦਾ ਇਹਨਾਂ ਵੱਲ ਦੇਖਣਾ, ਕਿਉਂਕਿ ਇਹ ਸਾਡੇ ਵੱਲ ਕਰ ਰਹੇ। ਜਿਹੜੇ 2 ਬੰਦੇ ਰਲ ਕੇ ਭੰਗੜਾ ਪਾਉਂਦੇ ਹੁਣ ਉਹ ਮਿਲੇ ਹੁੰਦੇ ਆ, ਕਿ ਇਕੱਲਾ ਬੈਠਾ ਬੰਦਾ ਮਿਲਿਆ ਹੁੰਦਾ ਵਾ। ਇਹ ਬਿੱਟੂ ਜੀ ਨੂੰ ਕਹਿ ਹੁਣ ਐਵੇਂ ਨਾ ਬਖਲਾਇਆ, ਗੱਲਾਂ ਮਾਰੀ ਆ। 2 ਪਹਿਲੀ ਤਰੀਕ ਨੂੰ ਤੈਨੂੰ ਲੋਕਾਂ ਨੇ ਦੱਸ ਦੇਣਾ, ਤੂੰ ਨੰਬਰ ਗਿਣ ਵੀ, ਤੇਰਾ 4th ਹੋਣਾ ਕਿ 5ਵਾਂ ਹੋਣਾ। ਸਰ ਬਿੱਟੂ ਜੀ ਕਹਿ ਰਹੇ ਨੇ ਜਿਹੜਾ 2 ਕਰੋੜ ਦਾ ਰਾਤੀ ਨੂੰ ਮੈਸੇਜ ਆਇਆ, ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਵਾਇਆ ਗਿਆ ਸਰ? ਮੈਸੇਜ ਕੀ ਆਇਆ? ਟੈਕਸ ਦੇਣਾ ਕੋਈ ਮੈਸੇਜ ਹੁੰਦਾ ਵਾ? ਉਹਦਾ ਟੈਕਸ ਦਿੱਤਾ ਉਹਨੇ, ਜਿੱਥੇ ਰਹਿਣਾ ਸਹਿਣਾ ਤੇ ਗੌਰਮੈਂਟ ਨੂੰ ਟੈਕਸ ਨਹੀਂ ਦੇਣਾ। ਮੈਂ ਤਾਂ ਕਹਿੰਦਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਵੀ ਇਹ 2 ਕਰੋੜ ਰੁਪਈਆ ਐਟ ਏ ਟਾਈਮ ਲਿਆਂਦਾ ਕਿੱਥੋਂ, ਕਿਹੜੀ ਜਾਇਦਾਦ ਰੱਖੀ ਗਈ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ। ਮੈਂ ਤੁਹਾਡੇ ਰਾਹੀਂ ਕਹਿਣਾ ਵਾ, ਇਨਕਮ ਟੈਕਸ ਵਾਲਿਆਂ ਨੂੰ ਪੁੱਛਣਾ ਚਾਹੀਦਾ ਇਹਨੂੰ, ਵੀ ਜਿਹੜੇ ਬੰਦੇ ਨੇ ਇਹਨੂੰ ਦਿੱਤਾ ਵਾ ਉਹ ਵੀ ਕਿੱਥੋਂ ਲਿਆਇਆ, ਇਹਨੇ ਕਿੱਥੋਂ ਲਿਆ ਵਾ ਉਹ। ਨਾਰਾ ਤਾਂ ਹੁਣ ਉਹਨਾਂ ਨੂੰ ਜਿਹੜਾ ਜਿਹੜਾ ਕੁਛ ਠੀਕ ਲੱਗਿਆ ਲੋਕ ਲਾ ਰਹੇ ਸੀਗੇ। ਮੈਂ ਤਾਂ ਇਹਨਾਂ ਨੂੰ ਪੁੱਛ ਲਓ, ਮੈਂ ਤਾਂ ਨਹੀਂ ਕਹਿ ਸਕਦਾ। ਬਿੱਟੂ ਦੇ ਰਾਜਾ ਕਿੱਟੂ ਰਾਜਾ ਕੱਪੀ ਜਿੱਤੂਗਾ ਸਾਡਾ ਪੱਪੀ।
ਤੇ ਸਰ ਆਪਣਾ ਨੋਮੀਨੇਸ਼ਨ ਫਾਰਮ ਵੀ ਭਰਨ ਜਾਣਾ ਤੇ ਹੁਣ ਸੁਣ ਚ ਆਇਆ ਕਿ ਕੇਜਰੀਵਾਲ ਸਾਹਿਬ ਵੀ ਇੱਥੇ ਉਠਾ ਰਹੇ ਨੇ। ਦੇਖੋ ਗੱਲ ਸੁਣੋ, ਕੇਜਰੀਵਾਲ ਸਾਹਿਬ ਉੱਦਾਂ ਆਊਗੇ, ਉਹਨਾਂ ਦਾ ਪੰਜਾਬ ਆ, ਉਹ ਪੰਜਾਬੀਆਂ ਦੇ ਨਾਲ ਆਪਣੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨਾਲ ਜਾਊਗੇ, ਪਰ ਉੱਥੇ ਅਸੀਂ ਪੰਜ ਬੰਦੇ ਹੀ ਜਾਵਾਂਗੇ। ਜ਼ਿਆਦਾ ਲੋਕਾਂ ਨੂੰ ਤੰਗੀ 'ਚ ਲਿਆਉਣਾ ਕਰਨੀ ਦਾ ਸਮਾਜ ਸੇਵਾ ਵਾ। ਆਹ ਹੁਣ 200 ਰੁਪਈਆ ਬੀਜੇਪੀ ਦੇ ਦਫ਼ਤਰਾਂ ਅੱਗੇ ਖੜੇ ਸੀ, ਉੱਥੇ ਜਿਹੜਾ ਮੁਸਾਫਰ ਜਾਂਦਾ ਸੀਗਾ ਉਹਨੂੰ ਕਹਿੰਦੇ ਆ ਲੈ 200 ਰੁਪਈਆ, ਲੈ ਕਚਹਿਰੀ ਤੱਕ ਜਾਇਆ, ਉਦੋਂ ਬਾਅਦ ਮੁੜਿਆ ਹੀ। ਏਦਾਂ ਦਾ ਬੰਦੇ ਭੇਜੇ ਆ ਬਿੱਟੂ ਦੇ ਮਗਰ ਉਹਨਾਂ ਨੇ 200 ਰੁਪਈਆ ਦੇ ਕੇ। ਸਾਡੇ ਵੱਲੋਂ ਤਾਂ ਪੰਜ ਬੰਦੇ ਜਾਊਗੇ, ਬਾਕੀ ਵਲੰਟੀਅਰ ਅਸੀਂ ਸਾਰੇ ਦਫ਼ਤਰ 'ਚ ਇਕੱਠੇ ਹੋਵਾਂਗੇ। ਸਾਡੀਆਂ ਨੀਤੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਜਾਂ ਭਾਜਪਾ ਨਹੀਂ ਸਮਝ ਸਕਦਾ। ਅਸੀਂ ਤਾਂ ਆਪਣੀ ਸੇਵਾ ਕਰਨੀ ਆ, ਪੰਜਾਬ ਦੀ ਸੇਵਾ ਕਰਕੇ ਹਰ ਕੰਮ ਨੂੰ ਪੂਰਾ ਕਰਨਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਕੰਮ ਨੂੰ ਦੇਖ ਕੇ ਵੋਟ ਪਾਓ, ਨਾ ਕਿ ਕਿਸੇ ਦੇ ਝੂਠੇ ਵਾਅਦੇ ਦੇਖ ਕੇ। ਜਿਹਨੇ ਕੋਈ ਕੰਮ ਹੀ ਨਹੀਂ ਕੀਤਾ ਲੁਧਿਆਣੇ ਲਈ, ਜਿਹਨੇ ਕੁਛ ਕਰਕੇ ਦਿਖਾਇਆ ਨਹੀਂ, ਇਕੱਲੇ ਪਾਰਕਾਂ 'ਚ ਘੁੰਮਣ ਨਾਲ ਜਾਂ ਪੰਛੀਆਂ ਨੂੰ ਦਾਣਾ ਪਾਉਣ ਨਾਲ ਜੀ ਅਸੀਂ ਕਹੀਏ ਵੋਟਾਂ ਪੈਂਦੀਆਂ, ਮੇਰੇ ਹਿਸਾਬ ਨਾਲ ਤਾਂ ਵੋਟਾਂ ਨਹੀਂ ਪੈਂਦੀਆਂ। ਪਾਰਕ ਤਾਂ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਵੀ ਬੜੇ ਬਣਾਏ, ਪਰ ਉਹ ਲੋਕਾਂ ਲਈ ਬਣਾਏ, ਕੈਮਰੇ ਲੈ ਕੇ ਆਪ ਉਹ ਪਾਰਕਾਂ 'ਚ ਨਹੀਂ ਘੁੰਮੇ, ਨਾ ਹੀ ਇਹਨਾਂ ਨੇ ਇੱਕ ਦਿਨ ਦਾਣਾ ਪਾਇਆ, ਬਾਅਦ 'ਚ ਵਿਚਾਰੇ ਪੱਖੀ ਭੁੱਖੇ ਮਰਨ। ਸੋ ਕੰਮ ਨੂੰ ਵੋਟ ਪਾਓ, ਇਹ ਤੁਹਾਡੇ ਮਤ ਦਾ ਦਾਨ ਹੈ, ਕੰਮ ਨੂੰ ਦੇਖ ਕੇ ਪਾਓ, ਸਿਰਫ ਝੂਠੇ ਸੱਚੇ ਵਾਅਦਿਆਂ ਨੂੰ ਦੇਖ ਕੇ ਵੋਟ ਨਾ ਪਾਓ। ਨਾ ਉਹ ਬੰਦਿਆਂ ਨੂੰ ਵੋਟ ਪਾਓ ਜਿਨ੍ਹਾਂ ਨੇ 10 ਸਾਲ ਤੋਂ ਫੋਨ ਨਹੀਂ ਚੱਕਿਆ, ਨਾ ਉਹਨਾਂ ਨੂੰ ਪਾਓ ਜਿਹੜੇ ਸਾਡੇ ਲੁਧਿਆਣੇ ਦੇ ਹੈ ਹੀ ਨਹੀਂ, ਨਾ ਸਾਡੇ ਲੁਧਿਆਣੇ ਦਾ ਦਰਦ ਜਾਣਦੇ ਆ। ਲੁਧਿਆਣਾ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੇ ਜੀ, ਉਸ ਬੰਦੇ ਨੂੰ ਵੋਟ ਪਾਓ ਜਿਹੜਾ ਪਹਿਲਾਂ ਤੋਂ ਕੰਮ ਕਰਦਾ ਆ, ਤੁਹਾਡੇ 'ਚ ਉੱਠਿਆ ਇੱਕ ਆਮ ਆਦਮੀ ਹੈ। ਸੋ ਅਗਰ ਤੁਸੀਂ ਉਸ ਬੰਦੇ ਨੂੰ ਵੋਟ ਪਾਉਂਦੇ ਹੋ, ਤੁਹਾਨੂੰ ਹਮੇਸ਼ਾ ਹੀ ਅਵੇਲੇਬਲ ਰਹਿਣਗੇ। ਅਗਰ ਤੁਸੀਂ ਐਸੇ ਬੰਦੇ ਨੂੰ ਵੋਟ ਪਾਉਂਦੇ ਹੋ ਜਿਹਨੇ ਪਹਿਲਾਂ ਫੋਨ ਨਹੀਂ ਚੱਕਿਆ, ਅੱਜ ਸਿਮ ਬਦਲਾ ਕੇ ਆ ਗਿਆ, ਕਹਿੰਦਾ ਜੀ ਮੈਂ ਦੂਜੀ ਕੰਪਨੀ 'ਚ ਆ ਗਿਆ, ਫੋਨ ਤਾਂ ਉਹੀ ਆ ਜਿਹੜਾ ਸਾਇਲੈਂਟ 'ਚ ਰਹਿੰਦਾ। ਸੋ ਇੱਕ ਆਮ ਆਦਮੀ ਪਾਰਟੀ ਨੂੰ ਉਹਦੇ ਕੰਮ ਨੂੰ ਦੇਖਦੇ ਹੋਏ ਵੋਟ ਪਾਉਣੀ ਚਾਹੀਦੀ ਆ, ਉਹਦੇ ਮਤ ਦਾ ਦਾਨ ਹੈ, ਬਹੁਤ ਸੋਚ ਸਮਝ ਕੇ ਕਰਿਓ। ਜੇ ਆਮ ਆਦਮੀ ਦੀ ਨੀਤੀਆਂ ਨੂੰ ਦੇਖਦੇ ਹੋਏ ਤੁਸੀਂ ਵੋਟ ਪਾਉਂਦੇ ਹੋ ਤਾਂ ਲੁਧਿਆਣੇ ਦੀ ਤਰੱਕੀ ਨਿਸ਼ਚਿਤ ਆ ਜੀ। ਸਿਰਫ ਗੱਲਾਂ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਜਿਹੜੇ ਵੋਟਾਂ ਮੰਗ ਰਹੇ ਨੇ ਤੁਹਾਡੇ ਕੋਲ, ਉਹਨਾਂ ਨੂੰ ਨਹੀਂ, ਜਿਹੜੇ ਪਿਛਲੇ 2 ਸਾਲਾਂ ਤੋਂ ਦਿਨ ਰਾਤ ਕਰਕੇ ਤੁਹਾਨੂੰ ਇੱਕ ਕੰਫਰਟੇਬਲ ਲਾਈਫ ਦੇਣ ਲਈ ਲਾਈਨ 'ਚ ਲੱਗੇ ਹੋਏ ਨੇ, ਉਹਨਾਂ ਨੂੰ ਚੁਣੋ। ਤੇ ਸਾਡੀ ਸਾਰਿਆਂ ਦੀ ਵੋਟ ਕਿਹਨੂੰ ਹੈ? ਆਮ ਆਦਮੀ ਪਾਰਟੀ ਜ਼ਿੰਦਾਬਾਦ। ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਇਲਾਕਾ ਵਾਸੀ ਆਏ ਨੇ ਇੱਥੇ ਇੰਨੀ ਗਰਮੀ ਵਿੱਚ ਸਾਡੇ ਵਾਸਤੇ, ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ, ਉਹਨਾਂ ਦੀ ਸ਼ੁਕਰ ਗੁਜ਼ਾਰ ਹਾਂ। ਤੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ, 2 ਸਾਲਾਂ ਦੇ ਵਿੱਚ ਇੱਕ ਸਿਰਫ ਸਾਡੀ ਸਰਕਾਰ ਹੈ ਜਿਹਨੇ ਇਸ ਇਲਾਕੇ ਦੀ ਨੁਹਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਤੋਂ 4 ਸਾਲ ਪਹਿਲਾਂ ਜਦੋਂ ਅਸੀਂ ਘਰ ਦੇ ਬਾਹਰ ਸੜਕਾਂ ਨੂੰ ਹੀ ਅਗਰ ਆਪਾਂ ਘਰ ਤੋਂ ਬਾਹਰ ਹੀ ਨਿਕਲਦੇ ਸੀਗੇ, ਸੜਕਾਂ ਹੀ ਦੇਖਦੇ ਸੀਗੇ, ਤਾਂ ਇੰਝ ਲੱਗਦਾ ਸੀ ਪਹਾੜ ਬਣੇ ਹੋਏ ਨੇ ਮਿੱਟੀ ਦੇ। ਇੱਥੇ ਬੱਚੇ ਵੀ ਮਜ਼ਾਕ ਕਰਦੇ ਸੀ ਕਿ ਮੰਮਾ ਆਪਾਂ ਹਿਲ ਸਟੇਸ਼ਨ 'ਤੇ